ਡੈ ਪਿਆ ਹੈਗਾ ਉਦੋਂ ਉਹਦੀ ਉਮਰ ਸੀ 5 ਸਾਲਾਂ ਦੀ ਜਦੋਂ 5 ਸਾਲਾਂ ਦੇ ਰਾਜ ਕਰਨਾ ਸ਼ੁਰੂ ਕੀਤਾ ਉਹਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਸੀਗਾ ਉਹ ਸੀਗਾ ਪਰਮੇਸ਼ਵਰ ਦੇ ਘਰ ਨੂੰ ਜਿਹੜਾ ਤਾਲਾ ਲਾਇਆ ਸੀਗਾ ਉਹਦੇ ਪਿਤਾ ਨੇ ਉਹ ਤਾਲੇ ਨੂੰ ਤੋੜ ਦਿੱਤਾ ਔਰ ਉਹਨੂੰ ਉਹ ਦਰਵਾਜ਼ੇ ਨੂੰ ਖੋਲ੍ਹ ਕੇ ਉਹਨੇ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕਰਨ ਦੀ ਉਹਨੇ ਸੋਚਿਆ ਫਿਰ ਜਿੰਨੇ ਵੀ ਲੇਵੀਆ ਔਰ ਯਾਜਕ ਜਿਹੜੇ ਦੂਰ ਦੂਰ ਹੋ ਕੇ ਤਿੱਤਰ ਬਿੱਤਰ ਹੋ ਕੇ ਕਿਤੇ ਦੂਰ ਦੇਸ਼ ਵਿੱਚ ਰਹਿਣ ਡੈ ਪਏ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਬੁਲਾਇਆ ਉਹਨੇ ਆ ਕੇ ਆਖਿਆ ਕਿ ਪਰਮੇਸ਼ਵਰ ਦੀ ਫਿਰ ਤੋਂ ਆਰਾਧਨਾ ਕਰਨਾ ਹੈ ਸ਼ੁਰੂ ਕਰਨੇ ਆ ਫਿਰ ਸਾਰੇ ਲੇਵੀਆ ਉੱਥੇ ਆਏ ਉਹਨੇ ਆਖਿਆ ਲੇਵੀਆ ਔਰ ਯਾਜਕਾਂ ਨੂੰ ਕਿਹਾ ਕਿ ਆਪਣੇ ਆਪ ਨੂੰ ਹੁਣ ਸ਼ੁੱਧ ਕਰ ਲਓ ਪਵਿੱਤਰ ਕਰ ਲਓ ਕਿਉਂਕਿ ਹੁਣ ਅਸੀਂ ਪਰਮੇਸ਼ਵਰ ਦੇ ਘਰ ਨੂੰ ਅਸੀਂ ਤਿਆਰ ਕਰਨਾ ਵਾ ਉਹਨੇ ਆਪਣੇ ਪਰਮੇਸ਼ਵਰ ਦੇ ਜਿਹੜੇ ਉਹਦੇ ਪਿਤਾ ਨੇ ਜਿਹੜੇ ਉਹਦੇ ਅੰਦਰ ਦੇ ਜਿਹੜਾ ਸਮਾਨ ਜਿਹੜਾ ਤੋੜ ਦਿੱਤਾ ਸੀਗਾ ਜਿਹੜਾ ਪਰਮੇਸ਼ਵਰ ਦੀਆਂ ਚੀਜ਼ਾਂ ਨੂੰ ਤੋੜ ਦਿੱਤਾ ਸੀ ਉਹਨੇ ਉਹ ਸਾਰੀਆਂ ਚੀਜ਼ਾਂ ਨੂੰ ਬਣਾਇਆ ਔਰ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕਰਾਇਆ ਔਰ ਉਹਨੂੰ ਪਵਿੱਤਰ ਕੀਤਾ ਜਿਹੜੇ ਉਹਦੇ ਦਰਵਾਜ਼ੇ ਜਿਹੜੇ ਟੁੱਟ ਗਏ ਸੀਗੇ ਉਹਨੂੰ ਵੀ ਉਹਨੇ ਬਣਾਇਆ ਔਰ ਸਾਰਿਆਂ ਨੂੰ ਉਹਨੇ ਠੀਕ ਕੀਤਾ ਜਿਹੜੀਆਂ ਉਹਦੀਆਂ ਦੀਵਾਰਾਂ ਸੀਗੀਆਂ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਸੀ ਜਿਹੜੇ ਉਹਦੇ ਪਿਤਾ ਨੇ 5 ਸਾਲਾਂ ਤੱਕ ਉਹਨੂੰ ਬੰਦ ਕਰਕੇ ਖਰਾਬ ਕਰ ਦਿੱਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਮਿਸਤਰੀਆਂ ਨੂੰ ਬੁਲਾਇਆ ਔਰ ਪਰਮੇਸ਼ਵਰ ਦੇ ਘਰ ਦਾ ਕੰਮ ਕੀਤਾ ਔਰ ਪਰਮੇਸ਼ਵਰ ਨੂੰ ਉਹਨੇ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕਰਕੇ ਸਭ ਕੁਛ ਉਤਰਾ ਕਰ ਦਿੱਤਾ ਜਿਤਰਾ ਉਹ ਪਹਿਲੋਂ ਹੁੰਦਾ ਫਿਰ ਉਹਨੇ ਦੂਸਰਾ ਕੰਮ ਕੀ ਕੀਤਾ ਜੋ ਉਹਦੇ ਪਿਤਾ ਨੇ ਦੇਵੀ ਦੇਵਤਾ ਬਣਾ ਕੇ ਰੱਖੇ ਗਏ ਜਿਨ੍ਹਾਂ ਦੇ ਉੱਚੇ ਸਥਾਨ ਜਿਹੜੇ ਬਣਾ ਕੇ ਰੱਖੇ ਗਏ ਉੱਚੀ ਜਗ੍ਹਾ 'ਤੇ ਉਹ ਸਾਰਿਆਂ ਨੂੰ ਉਹਨੇ ਤੋੜ ਦਿੱਤਾ ਔਰ ਸਾਰੇ ਦੇ ਸਾਰੇ ਗੰਦੇ ਨਾਲੇ ਵਿੱਚ ਉਹਨੇ ਸੁੱਟ ਦਿੱਤਾ ਔਰ ਉਹਨੇ ਸਾਰਿਆਂ ਨੂੰ ਕਹਿ ਕੇ ਦੱਸਿਆ ਸਾਰਿਆਂ ਨੂੰ ਕਹਿ ਕੇ ਚਿੱਠੀਆਂ ਲਿਖ ਕੇ ਉਹਨੇ ਸਾਰੇ ਲੋਕਾਂ ਨੂੰ ਕਲਾਈਆਂ ਜਿਹੜੇ ਯਹੂਦੀ ਜਿਹੜੇ ਇਜ਼ਰਾਈਲੀ ਸੀਗੇ ਜਿਹੜੇ ਪਰਮੇਸ਼ਵਰ ਦੇ ਘਰ ਤੋਂ ਦੂਰ ਹੋ ਚੁੱਕੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਬੁਲਾਇਆ ਔਰ ਸਾਰਿਆਂ ਨੂੰ ਆਖਿਆ ਕਿ ਆਓ ਹੁਣ ਅਸੀਂ ਪਰਮੇਸ਼ਵਰ ਦੀ ਸੱਚੀ ਆਰਾਧਨਾ ਕਰਨੇ ਹਾਂ ਹੁਣ ਇੱਥੇ ਅਸੀਂ ਧੂਪ ਚਲਾਉਂਦੇ ਹਾਂ ਹੁਣ ਇੱਥੇ ਅਸੀਂ ਬਲੀਆਂ ਚਲਾਉਂਦੇ ਹੈਗੇ ਜਿਹੜੇ ਯਾਜਕ ਜਿਹੜੇ ਦੂਰ ਚਲ ਗਏ ਸੀਗੇ ਜਿਹੜੇ ਲੋਕ ਜਿਹੜੇ ਦੂਰ ਚਲ ਗਏ ਸੀ ਜਿਹੜੇ ਪਰਮੇਸ਼ਵਰ ਨੂੰ ਭੁੱਲ ਗਏ ਸੀਗੇ ਜਿਹੜੇ ਪਰਮੇਸ਼ਵਰ ਤੋਂ ਦੂਰ ਹੋ ਗਏ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਹਿਚਕੀਆ ਰਾਜਾ ਨੇ ਬੁਲਾਇਆ ਔਰ ਪਰਮੇਸ਼ਵਰ ਦੇ ਘਰ ਵਿੱਚ ਉਹਨੇ ਫਿਰ ਤੋਂ ਉਹਦੀ ਆਰਾਧਨਾ ਸ਼ੁਰੂ ਕਰ ਦਿੱਤੀ ਜਦੋਂ ਉਹ ਰਾਜ ਕਰਦਾ ਹੈਗਾ ਉਹ ਭੈਣ ਔਰ ਭਰਾਓ ਪਿਤਾ ਨੇ ਸਾਰੇ ਕੰਮ ਵਿਗਾੜ ਦਿੱਤੇ ਸਾਰਿਆਂ ਨੂੰ ਪਾਪ ਵਿੱਚ ਪਾ ਦਿੱਤਾ ਪਰ ਹਿਚਕੀਆ ਜਾ ਰਾਜਾ ਜਦੋਂ ਉਹਦਾ ਬੇਟਾ ਜਦੋਂ ਉਹੀ ਜਗ੍ਹਾ 'ਤੇ ਰਾਜਾ ਬਣਿਆ ਉਹਨੇ ਸਾਰਿਆਂ ਨੂੰ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕੀਤਾ ਔਰ ਜਿੰਨੇ ਵੀ ਦੂਰ ਹੋ ਚੁੱਕੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਬੁਲਾ ਕੇ ਉਹਨਾਂ ਨੂੰ ਫਿਰ ਤੋਂ ਸਿਖਾਇਆ ਕਿ ਪਰਮੇਸ਼ਵਰ ਦੀ ਅਸੀਂ ਸੱਚੀ ਆਰਾਧਨਾ ਕਰਨੀ ਆ ਉਹ ਭੈਣ ਔਰ ਭਰਾਓ ਜਦੋਂ ਹਿਚਕੀਆ ਰਾਜਾ ਰਾਜ ਕਰਨ ਵਾਲਾ ਸੀਗਾ ਜਦੋਂ ਉਹਦੀ ਉਮਰ ਸੀਗੀ ਉਹ 5 ਸਾਲਾਂ ਦੀ ਉਮਰ ਸੀਗੀ 5 ਸਾਲਾਂ ਤੋਂ ਹੀ ਉਹਨੇ ਪਰਮੇਸ਼ਵਰ ਦੇ ਘਰ ਵੱਲ ਵਿੱਚ ਸੋਚਿਆ ਘਰ ਦੇ ਕੰਮਾਂ ਵੱਲ ਵਿੱਚ ਸੋਚਿਆ ਉਹਨੇ ਸੋਚਿਆ ਕਿ ਜਿੰਨੇ ਲੋਕ ਇੱਥੇ ਪਰਮੇਸ਼ਵਰ ਤੋਂ ਦੂਰ ਹੋ ਗਏ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੁਲਾਊਂਗਾ ਪਰਮੇਸ਼ਵਰ ਦੇ ਘਰ ਦੀ ਸਫਾਈ ਕਰਾਊਂਗਾ ਪਰਮੇਸ਼ਵਰ ਦੇ ਜਿਹੜੇ ਬੂਹੇ ਆ ਟੁੱਟ ਗਏ ਆ ਮੈਂ ਉਹਨਾਂ ਨੂੰ ਬਣਾਊਂਗਾ ਜਿਹੜੀ ਉਹਨਾਂ ਦੀ ਦੀਵਾਰਾਂ ਟੁੱਟ ਗਈਆਂ ਵਾ ਮੈਂ ਉਹਨਾਂ ਨੂੰ ਬਣਾਊਂਗਾ ਜਦੋਂ 5 ਸਾਲਾਂ ਦਾ ਸੀਗਾ ਜਦੋਂ ਉਹਦੇ ਹੱਥ ਵਿੱਚ ਪੂਰਾ ਅਧਿਕਾਰ ਸੀਗਾ ਉਦੋਂ ਉਹਨੇ ਪਰਮੇਸ਼ਵਰ ਦੇ ਕੰਮ ਵਾਸਤੇ ਸੋਚਿਆ ਪਰਮੇਸ਼